ਚੀਜ਼ਾਂ ਬਣੀਆਂ ਜੀ। ਠੀਕ ਹੈ। ਅਤੇ ਫਿਰ ਇੱਕ ਇਹਦੇ ਵਿੱਚ ਕੀ ਆ ਜੀ, ਜਿਹੜਾ ਆਪਾਂ ਅੱਗ ਲਾਉਂਦੇ ਹਾਂ ਪਰਾਲੀ ਸਾਂਭਣ ਦਾ, ਮਤਲਬ ਉਹ ਮੇਨ ਕਨਸੈਪਟ ਆਪਣਾ ਇਹੀ ਸੀਗਾ ਵੀ ਅੱਗ ਨਹੀਂ ਲਾਉਣੀ, ਕਿਉਂਕਿ ਰੋਜ਼ ਬਾਣੀ ਪੜ੍ਹਦੇ ਹਾਂ ਜੀ। ਅਤੇ ਇਹ ਸੀਗਾ ਮਨ ਦੇ ਵਿੱਚ ਵੀ ਮੈਂ 10 ਸਾਲ ਤੋਂ ਅੱਗ ਨਹੀਂ ਲਾਈ ਹੋਣੀ ਜੀ। ਠੀਕ ਹੈ। ਪਹਿਲਾਂ ਜਿਵੇਂ ਕੋਈ ਨਾ ਕੋਈ ਹੋਰ ਹੱਲ ਕਰਨੇ ਹੈ ਨਾ ਜੀ, ਵਾਹੁਣੀ ਰੋਟਾਵੀਟਰ ਨਾਲ ਬੀਜਣੀ, ਸੁਪਰ ਸੀਡਰ ਨਾਲ, ਮੈਂ ਹੈਪੀ ਸੀਡਰ ਨਾਲ ਬੀਜੀ ਆ, ਹੋਰ ਤਰ੍ਹਾਂ ਖਾਤਾ। ਹਾਂਜੀ। ਫਿਰ ਅਸੀਂ ਕੀਤਾ ਜੀ, ਅਸੀਂ ਇੱਦਾਂ ਜਦੋਂ ਕਰਨ ਲੱਗ ਗਏ ਇਹਨਾਂ ਪਰਾਲੀ ਦਾ ਬੈਨੀਫਿਟ ਮਿਲਣ ਲੱਗ ਗਿਆ ਜੀ। ਫਿਰ ਇੱਕ ਮੈਂ ਰਿਸਰਚ ਪੇਪਰ ਪੜ੍ਹਿਆ ਸੀ, ਉਹਦੇ ਵਿੱਚ ਕਹਿੰਦੇ ਵੀ ਜੇ ਤੁਸੀਂ ਨਾ ਪਰਾਲੀ ਚੁਕਾਉਂਦੇ ਵੀ ਖੇਤ ਦੇ ਵਿੱਚੋਂ ਤਾਂ 7000 ਰੁਪਏ ਦਾ ਨੁਕਸਾਨ ਹੋ ਰਿਹਾ, ਕਿਉਂਕਿ ਜਿਹੜੇ ਤੱਤ ਨੇ ਤੁਹਾਡੇ ਉਹ ਤੁਸੀਂ ਜਾਲ ਦਿੰਦੇ ਹੋ ਜਾਂ ਤੁਸੀਂ ਚੁਕਾ ਦਿੰਦੇ ਹੋ। ਫਿਰ ਉਹਦਾ ਆਪਾਂ ਨੂੰ ਇਹ ਬੈਨੀਫਿਟ ਮਿਲਿਆ ਵੀ ਇੱਕ ਤਾਂ ਜਿਹੜੇ ਆਪਣੇ ਤੱਤ ਨੇ ਉਹ ਉੱਪਰ ਨੂੰ ਵਿੱਚ ਮਿਲ ਜਾਂਦੇ ਖੇਤ ਦੇ, ਡਾਈ ਘੱਟ ਗਿਆ ਜੀ ਆਪਣਾ, ਜਿਹੜੀ ਫਾਸਫੋਰਸ ਪਾਉਂਦੇ ਆ ਅਸੀਂ 80 ਕਿਲੋ ਪਾਉਂਦੇ ਸੀ, ਉਹ 50 ਪਾਉਣ ਲੱਗ ਗਏ। ਹਾਂਜੀ ਹਾਂਜੀ। ਅਤੇ ਜਿਹੜਾ ਯੂਰੀਆ ਸੀ ਅਸੀਂ ਤਕਰੀਬਨ 3 ਜਾਂ 4 ਬੈਗ ਪਾਉਂਦੇ ਸੀ, ਹੁਣ ਅਸੀਂ 2.5 ਬੈਗ ਪਾਉਂਦੇ ਜੀ, ਕਿਉਂਕਿ 2 ਬੈਗ ਤਾਂ ਅਸੀਂ ਬਾਅਦ 'ਚੋਂ ਪਾਉਂਦੇ ਹਾਂ ਜਦੋਂ ਇਹ ਜਰਮੀਨੇਸ਼ਨ ਹੋ ਗਿਆ। ਅਸੀਂ 25 kg ਪਾਉਂਦੇ ਹਾਂ ਜਦੋਂ ਜੀ ਅਸੀਂ ਮਲਚਰ ਫੇਰਤਾ, ਉਸ ਤੋਂ ਬਾਅਦ ਅਸੀਂ ਪਾਣੀ ਲਾਉਣ ਤੋਂ ਪਹਿਲਾਂ ਉੱਪਰ ਉੱਪਰ ਅਸੀਂ ਪਾ ਦਿੰਦੇ ਹਾਂ ਤਾਂ ਜੋ ਪਰਾਲੀ ਥੋੜ੍ਹੀ ਜਿਹੀ ਹੋ ਜਾਵੇ ਸੌਫਟ ਦੇ ਉੱਪਰ ਜਰਮੀਨੇਸ਼ਨ ਵਧੀਆ ਹੋ ਜਾਵੇ, ਲੋਕਾਂ ਨਾਲੋਂ ਆਪਾਂ ਨੂੰ ਵੱਖਰਾ ਕਰਦਾ। ਹਾਂਜੀ ਹਾਂਜੀ। ਡਾਕਟਰ ਸਾਹਿਬ ਜਦੋਂ ਤੁਸੀਂ ਕਾਰਬਨ ਨੂੰ ਗਾਲਣਾ ਨਾਈਟ੍ਰੋਜਨ ਦੀ ਲੋੜ ਪੈਂਦੀ, ਬਿਲਕੁਲ ਬਿਲਕੁਲ, ਜਦ ਤੁਸੀਂ ਇਨੀਸ਼ੀਅਲ ਚ ਨਹੀਂ ਪਾਉਂਦੇ ਉਹ ਯੂਰੀਆ ਤਾਂ ਤੁਹਾਡੇ ਖੇਤ ਚੋਂ ਖਿੱਚਣ ਤੇ ਕਣਕ ਪੀਲੀ ਹੋ ਜਾਂਦੀ, ਲੋਕਾਂ ਦੇ ਕਣਕ ਪੀਲੀ, ਸਮਝਦਾ ਜੀ ਮੈਂ ਉਹ ਗੱਲ। ਸਰ ਇੱਕ ਹੋਰ ਇਹਦਾ ਬੈਨੀਫਿਟ ਇਹ ਆ, ਜਿਵੇਂ ਮੰਨ ਲਓ ਬਾਰਿਸ਼ ਹੋ ਗਈ, ਜਿੰਨਾ ਮਰਜ਼ੀ ਪਾਣੀ ਖੜ ਜਾਵੇ ਇਹ ਪੀਲੀ ਨਹੀਂ ਪਊ ਜੀ। ਠੀਕ ਹੈ। ਨਾ ਫਿਰ ਇਹ ਬਾਕੀ ਜਿਵੇਂ ਪਾਣੀ ਲਾਉਣੇ ਆਪਾਂ ਪਹਿਲਾਂ ਪਾਣੀ ਲਾਉਣੇ ਆ ਜੀ, 22ਵੇਂ ਦਿਨ 22ਵੇਂ ਖੇਤ ਫਸਲ ਨੂੰ ਪਾਣੀ, ਇੱਥੇ ਵੱਧ ਖੜ ਜਾਂਦੇ ਤਲੀਆਂ ਦੇ ਵਿੱਚ ਜੀ, ਉੱਥੇ ਪੀਲੀ ਹੋ ਜਾਂਦੀ ਆ। ਇੱਥੇ ਪਾਣੀ ਖੜਨੇ ਕੋਈ ਪਹਿਲੇ ਜਿਹੜੇ ਬੂਟੇ ਨੇ ਉਹਦੀ ਜੜ੍ਹਾਂ ਨੇ, ਹਾਂਜੀ ਜੜ੍ਹਾਂ ਨਹੀਂ ਪਾਣੀ ਥੱਲੇ ਚਲੇ ਜਾਂਦੇ। ਤੁਹਾਡੇ ਮੁਤਾਬਕ ਵੀ ਇਹਦਾ ਜਿਹੜਾ ਪੀਲੇ ਨਾ ਹੋਣ ਦਾ ਕਾਰਨ ਵੀ ਜੀਰ ਦਾ ਪਾਣੀ ਜ਼ਿਆਦਾ? ਹਾਂਜੀ ਹਾਂਜੀ, ਪਾਣੀ ਜੀਰ ਜਾਂਦਾ ਜੀ, ਕਿਉਂਕਿ ਇਹ ਕੱਦੂ ਵਾਲੇ ਖੇਤ ਹੁੰਦੇ ਨੇ ਜਾਂ ਸਿੱਧੀ ਮੇਰੇ, ਮੈਂ DSR ਕਰਦਾ ਜੀ, ਇਹ ਸਿੱਧੀ ਬਿਜਾਈ ਕਰਦੇ ਹਾਂ ਝੋਨੇ ਦੀ, ਉਹਦੇ ਵਿੱਚ ਕੀ ਆ ਜੀ ਅੱਜ ਪਾਣੀ ਲਾਇਆ 4 ਘੰਟੇ ਬਾਅਦ ਪਾਣੀ ਜੀਰ ਜਾਂਦਾ। ਅੱਛਾ। ਜਿੱਡੇ ਮਰਜ਼ੀ ਜਿਵੇਂ ਡਾਕਰ ਜ਼ਮੀਨ ਆ ਜੀ, ਅਤੇ ਇਹਦੇ ਵਿੱਚ ਪਾਣੀ ਖਿੱਚੇ ਜਾਂਦੇ ਨੇ ਖੇਤ। ਅੱਛਾ ਅੱਛਾ। ਅਤੇ ਜਦੋਂ ਅਸੀਂ ਹੁਣ ਪਹਿਲਾਂ ਪਾਣੀ ਲਾਉਂਦੇ ਹਾਂ ਛਿੱਟਾ ਮਾਰ ਕੇ ਮਲਚਰ ਫੇਰ ਕੇ, ਉਦੋਂ ਪਰਾਲੀ ਵੀ ਸੁੱਕੀ ਹੁੰਦੀ ਆ ਜੀ, ਖੇਤ ਵੀ ਮਤਲਬ ਸੁੱਕਾ ਹੁੰਦਾ, ਪਾਣੀ ਜਿੰਨਾ ਮਰਜ਼ੀ ਭਰ ਜਾਵੇ ਅਤੇ 5-6 ਘੰਟਿਆਂ 'ਚ ਖੇਤ ਖਾਲੀ ਹੋ ਜਾਂਦਾ ਜਾਂ ਮਰਜ਼ੀ ਵਿੱਚ ਤੁਰ ਲਓ। ਮੈਨੂੰ ਹੋਰ ਦੱਸੋ ਜਿਹੜਾ ਤੁਸੀਂ DSR ਕਹਿੰਦੇ ਹੋ, ਹਾਂਜੀ ਬਈ ਮੈਨੂੰ ਹੁਣ ਇੱਥੇ ਦੀ ਟਰਮੀਨੋਲੋਜੀ ਦਾ ਨਹੀਂ ਪਤਾ, ਹਾਂਜੀ ਹਾਂਜੀ, ਉਹਦਾ ਮਤਲਬ ਇਹ ਹੈ ਵੀ ਉਹ ਜਿਹੜਾ ਡਾਇਰੈਕਟਰ ਸੀਡਿੰਗ ਰਾਜਸਥਾਨ ਜੀ, ਜਿਹੜੀ ਸੀਡਿੰਗ ਜ਼ੀਰੋ ਟਿੱਲੇ, ਹਾਂਜੀ ਹਾਂਜੀ, ਉਹਦਾ ਇਹਦੇ ਨਾਲੋਂ ਕੀ ਫਰਕ ਹੈ? ਸਰ ਇਹ ਮਤਲਬ ਤਾਂ ਆਪਣੀ ਕਣਕ ਦਾ ਆ ਗਿਆ ਜੀ, ਉਹ ਝੋਨੇ ਚ ਆਈ, ਉਹ ਝੋਨੇ ਦੀ ਆਈ, ਹਾਂਜੀ ਉਹ ਝੋਨੇ ਸੀ ਨਾ, ਸੁਨੇਲੀ ਲਾਉਣੀ ਸੀ, ਸਿੱਧਾ ਬੀਜੋ ਪਾਉਣੇ ਆਪਾਂ ਕਣਕ ਬੀਜਦੇ ਹਾਂ ਜੀ, ਉਦਾਂ ਹੀ ਆਪਾਂ ਝੋਨਾ ਬੀਜਦੇ ਹਾਂ। ਠੀਕ ਹੈ ਠੀਕ। ਇਹ ਵੀ ਆਪਾਂ ਤਰਬੱਤਰ ਚ ਬੀਜਦੇ ਹਾਂ ਜੀ, ਜੇ ਬੀਜਦੇ ਹਾਂ ਗਿੱਲੇ ਦੇ ਵਿੱਚ, ਉਹ ਵੀ ਅਸੀਂ ਗਿੱਲੇ ਕਰਕੇ ਰੌਣੀ ਕਰਕੇ, ਉਹ ਵੀ ਗਿੱਲੇ ਚ ਬੀਜਦੇ ਹਾਂ ਜੀ, 22ਵੇਂ ਦਿਨ ਫਿਰ ਉਹਨੂੰ ਪਾਣੀ ਲਾਉਣੇ ਆ, ਜਿਵੇਂ ਯੂਨੀਵਰਸਿਟੀ ਰਿਕਮੈਂਡ ਕਰਦੇ ਆ ਜੀ, ਉਹਦੇ ਵਿੱਚ ਨਾ ਤਾਂ ਫਿਰ ਨਦੀਨ ਦੀ ਸਮੱਸਿਆ ਆਉਂਦੀ ਆ ਕੱਖਾਂ ਦੀ, ਅਤੇ ਜਰਮੀਨੇਸ਼ਨ ਬਹੁਤ ਵਧੀਆ ਹੁੰਦਾ ਜੀ ਫਿਰ। ਠੀਕ ਹੈ ਠੀਕ ਹੈ। ਪਾਣੀ ਬਚ ਜਾਂਦਾ ਮਤਲਬ ਨਾ, ਇਹ ਬੈਨੀਫਿਟ ਹੈ ਜੀ। ਇਹਦੇ ਵਿੱਚ ਤੁਸੀਂ ਗੁੱਲੀ ਡੰਡੇ ਦੀ ਕੋਈ ਦਵਾਈ ਪਾਈ ਹੈ? ਨਹੀਂ ਨਹੀਂ, ਗੁੱਲੀ ਡੰਡੇ ਦੀ ਕੋਈ, ਦੇਖੋ ਕੋਈ ਨਹੀਂ, ਮਾੜਾ ਮੋਟਾ ਜਿਹਾ ਗੁੱਲੀ ਡੰਡਾ ਹੈਗਾ ਜੀ, ਦੇਖਦਾ ਇਹ ਵੀ ਕਮੀ ਸਾਡੀ ਰਹਿ ਗਈ, ਨਹੀਂ ਤਾਂ ਮੈਂ ਕੀ ਕਰਦਾ 4-5 ਸਾਲ ਤੋਂ ਜੀ ਜਿਹੜੇ ਵਿੱਚ ਬੁੱਝੇ ਹੁੰਦੇ ਕਢਾ ਲੈਣਾ। ਇਸ ਵਾਰ ਮੇਰੇ ਬ੍ਰਦਰ ਦੀ ਮੈਰਿਜ ਸੀ, ਅਸੀਂ ਉੱਧਰ ਬਿਜ਼ੀ ਰਹੇ, ਇਹ ਗੁੱਲੀ ਡੰਡਾ ਮਾੜਾ ਮੋਟਾ ਦੀਂਦਾ, ਇਹ ਉਹਦੇ ਕਰਕੇ ਹੀ ਆ ਕਿਤੇ ਕਿਤੇ, ਮਤਲਬ ਇਹ ਖੇਤ ਨੇ ਜਿਹੜੇ ਜੀ ਮੇਰੇ, ਇਹ ਫਸਟ ਟਾਈਮ ਮੈਂ ਮਲਚਿੰਗ ਕੀਤੀ ਆ। ਅੱਛਾ ਅੱਛਾ। ਇਹਦੇ ਵਿੱਚ 3 ਸਾਲਾਂ ਤੋਂ ਨਾ ਗੁੱਲੀ ਡੰਡਾ ਹੋ ਰਿਹਾ ਸੀ ਬਹੁਤ ਜ਼ਿਆਦਾ, ਠੀਕ ਹੈ, ਤੇ ਲਾਸਟ ਟਾਈਮ ਕਰਨੀ ਸੀ, ਲਾਸਟ ਟਾਈਮ ਇਹਨਾਂ ਨੇ ਜਦੋਂ ਅੱਗ ਲਾਈ ਆਪਣੇ ਖੇਤਾਂ ਨੂੰ, ਉਹ ਸਾਡੇ ਖੇਤਾਂ ਦੇ ਵਿੱਚ ਆ ਗਈ, ਇਹ ਪਰਾਲੀ ਜਲ ਗਈ, ਫਿਰ ਮੈਨੂੰ ਵਾਹੁਣੇ ਪੈ ਗਏ। ਫਿਰ ਲਾਸਟ ਟਾਈਮ ਫਿਰ ਗੁੱਲੀ ਡੰਡਾ ਬਹੁਤ ਹੋ ਗਿਆ, ਇਸ ਵਾਰ ਮੈਂ ਕਿਹਾ ਵੀ ਇਹਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ, ਵੀ ਆਪਾਂ ਮਲਚਿੰਗ ਕਰਨੀ ਆ, ਅਸੀਂ ਇਹ ਸਾਰੀ ਮਲਚਿੰਗ ਵਾਲੀ ਆ ਜੀ, ਜਿਵੇਂ ਤੁਹਾਨੂੰ ਮਤਲਬ ਵੱਡਾ ਖੇਤ ਜਿਹੜੇ 25 ਕਿੱਲੇ, ਹਾਂਜੀ ਹਾਂਜੀ, ਇੱਧਰ ਵੀ ਸਾਰੀ ਮਲਚਿੰਗ ਆ ਜੀ, ਇੱਧਰ ਹੀ ਮਲਚਿੰਗ ਆ। ਤੇ ਫਿਰ ਦੇਖੋ ਜੀ, ਇਸ ਵਾਰ ਗੁੱਲੀ ਡੰਡੇ ਦੀ ਕੋਈ ਸਪਰੇਅ ਨਹੀਂ ਹੋਈ, ਤੇ ਗੁੱਲੀ ਡੰਡਾ ਕਿਤੇ ਕਿਤੇ ਹੈਗਾ ਜ਼ਰੂਰ, ਇੱਥੇ ਪਰਾਲੀ ਘੱਟ ਆ, ਗੁੱਲੀ ਡੰਡੇ ਤਾਂ ਬਹੁਤ ਪਿੱਛੇ ਇੱਥੇ ਦੇਖਦੇ ਆ, ਕਈ ਥਾਂ ਤੋਂ ਗੁੱਲੀ ਡੰਡਾ ਜ਼ਿਆਦਾ ਸੀ, ਹਾਂਜੀ ਹਾਂਜੀ। ਸਰ ਇਹਦਾ ਇੱਕ ਇਹ ਆਪਣੇ ਜਿਹੜੇ ਤੇਲ ਦਾ ਖਰਚਾ, ਹਾਂਜੀ, ਜਿਹੜੇ ਆਪਾਂ ਵਾਹੀ ਕਰਦੇ